ਪੰਜਾਬੀ ਸਿੰਗਰਸ ਅੱਜ ਕੱਲ੍ਹ ਆਏ ਦਿਨ ਕੰਟਰੋਵਰਸੀ ਦੇ ਵਿੱਚ ਫਸਦੇ ਹੋਏ ਸਾਨੂੰ ਨਜ਼ਰ ਆ ਰਹੇ ਨੇ। ਉੱਥੇ ਹੀ ਸਾਡੇ ਇੱਕ ਪੰਜਾਬੀ ਗਾਇਕ ਨੇ ਯਾਨੀ ਕਿ ਸਿੱਧੂ ਮੂਸੇਵਾਲਾ ਜੋ ਹਾਲ ਹੀ ਦੇ ਵਿੱਚ ਵੀ ਇੱਕ ਕੰਟਰੋਵਰਸੀ ਦੇ ਵਿੱਚ ਘਿਰ ਗਏ ਸੀ। ਸਿੱਧੂ ਮੂਸੇਵਾਲਾ ਤੇ ਕੇਸ ਦਰਜ ਕੀਤਾ ਗਿਆ ਸੀ ਹਾਲ ਹੀ ਦੇ ਵਿੱਚ, ਤੇ ਉਹਨਾਂ ਦੇ ਨਾਲ ਕੇਸ ਦਰਜ ਕੀਤਾ ਗਿਆ ਸੀ ਗਾਇਕ ਮਨਕੀਰਤ ਔਲਖ ਦੇ ਖਿਲਾਫ ਵੀ, ਜਿੱਥੇ ਕਿਹਾ ਗਿਆ ਸੀ ਕਿ ਇਹ ਦੋਨੋਂ ਗਾਇਕ ਆਪਣੇ ਗਾਣਿਆਂ ਦੇ ਵਿੱਚ ਪ੍ਰਮੋਟ ਕਰਦੇ ਨੇ ਹਥਿਆਰਾਂ ਨੂੰ ਤੇ ਨਾਲ ਦੇ ਨਾਲ ਨਸ਼ਿਆਂ ਨੂੰ। ਇਹਨਾਂ ਦੇ ਖਿਲਾਫ ਕੇਸ ਦਰਜ ਤਾਂ ਕੀਤਾ ਗਿਆ ਸੀ ਤੇ ਉੱਥੇ ਇਹਨਾਂ ਨੂੰ ਅਗਾਊ ਜ਼ਮਾਨਤ ਵੀ ਮਿਲ ਗਈ ਸੀ। ਪਰ ਹੁਣ ਮੈਂ ਲੈ ਕੇ ਆਈ ਹਾਂ ਤੁਹਾਡੇ ਲਈ ਇਸ ਕੇਸ ਨਾਲ ਜੁੜੀ ਇੱਕ ਨਵੀਂ ਅਪਡੇਟ, ਜਿੱਥੇ ਦੋਨੋਂ ਆਰਟਿਸਟ ਦੇ ਬਾਹਰ ਜਾਣ ਤੇ ਯਾਨੀ ਕਿ ਅਬਰੋਡ ਜਾਣ ਤੇ ਲੱਗ ਚੁੱਕੀ ਹੈ ਪਾਬੰਦੀ। ਇਹਨਾਂ ਦੋਨਾਂ ਆਰਟਿਸਟ ਦੇ ਖਿਲਾਫ ਮੁਕੱਦਮਾ ਨੰਬਰ 35, 294 ਧਾਰਾ ਤੇ 504 ਧਾਰਾ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਤੇ ਹੁਣ ਇਹਨਾਂ ਦੋਨਾਂ ਦੇ ਅਗੇਂਸਟ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ, ਜਿੱਥੇ ਇਹਨਾਂ ਦੋਨਾਂ ਆਰਟਿਸਟ ਦੇ ਬਾਹਰ ਜਾਣ ਤੇ ਲੱਗ ਚੁੱਕੀ ਹੈ ਪਾਬੰਦੀ ਤੇ ਉਹਦੇ ਪੰਜਾਬ ਪੁਲਿਸ ਤੋਂ ਪਰਮਿਸ਼ਨ ਲਿੱਤੇ ਬਿਨਾਂ ਇਹ ਬਾਹਰ ਨਹੀਂ ਜਾ ਸਕਦੇ। ਇਹ ਤਾਂ ਅਸੀਂ ਸਾਰੇ ਜਾਣਦੇ ਕਿ ਇਹ ਦੋਨੋਂ ਆਰਟਿਸਟ ਆਊਟ ਆਫ ਇੰਡੀਆ ਯਾਨੀ ਕਿ ਅਬਰੋਡ ਦੇ ਵਿੱਚ ਕਈ ਲਾਈਵ ਸ਼ੋਅਜ਼ 'ਚ ਪਰਫਾਰਮ ਕਰਦੇ ਨੇ ਤੇ ਉਹਦੇ ਲੁੱਕਆਊਟ ਨੋਟਿਸ ਆਉਣ ਤੋਂ ਬਾਅਦ ਇਹਨਾਂ ਦੋਨਾਂ ਦੇ ਲਾਈਵ ਸ਼ੋਅਜ਼ ਤੇ ਕਾਫੀ ਜ਼ਿਆਦਾ ਅਸਰ ਪਵੇਗਾ। ਇਹ ਦੋਨੋਂ ਆਰਟਿਸਟ ਡੀਲ ਕਰਦੇ ਨੇ ਇਸ ਸਿਚੁਏਸ਼ਨ ਦੇ ਨਾਲ ਤੇ ਇਸ ਕੇਸ ਦੇ ਨਾਲ ਜੁੜੀ ਨਵੀਂ ਅਪਡੇਟ ਜਦ ਵੀ ਆਵੇਗੀ ਅਸੀਂ ਤੁਹਾਡੇ ਲਈ ਉਹ ਖਬਰ ਜ਼ਰੂਰ ਲੈ ਕੇ ਆਵਾਂਗੇ। ਪਰ ਹੁਣ ਤੁਸੀਂ ਮੈਨੂੰ ਦੱਸਣਾ ਕਿ ਤੁਹਾਡੇ ਇਸ ਕੇਸ ਦੇ ਬਾਰੇ ਕੀ ਵਿਚਾਰ ਨੇ, ਸੋ ਸਾਨੂੰ ਆਪਣੇ ਆਨਸਰਸ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸੋ ਤੇ ਹੋ ਜਾਈ ਹੋਰ ਇੰਟਰਸਟਿੰਗ ਬਾਲੀਵੁੱਡ ਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨਸ ਦੇ ਲਈ ਨੀਚੇ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਨਿਊਜ਼ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ, ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।